ਮੈਂ ਤਾਂ ਪਿੰਡ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ 5 ਸਾਲ ਵਾਸਤੇ ਸੇਵਾ ਦਿੱਤੀ ਹੈ। ਤਨਦੇਹੀ ਨਾਲ ਇਹ ਸੇਵਾ ਮੈਂ ਨਿਭਾਉਣੀ ਚਾਹੁੰਦਾ, ਨਿਭਾਵਾਂਗਾ। ਕਿਵੇਂ ਆਇਆ ਮਨ ਦੇ ਵਿੱਚ ਤੁਸੀਂ? ਉਹ ਤਾਂ ਪਿੰਡ ਦੇ ਮਨ 'ਚ ਆਇਆ, ਮੇਰੇ ਮਨ 'ਚ ਕੋਈ ਨਹੀਂ ਆਇਆ। ਪਿੰਡ ਨੇ ਮੈਨੂੰ ਸੇਵਾ ਦਿੱਤੀ ਹੈ, ਮੇਰੇ ਮਨ ਦੀ ਇੱਛਾ ਨਹੀਂ ਇਹ ਵੀ ਮੈਂ ਸਰਪੰਚ ਬਣਿਆ। ਸਰਪੰਚ ਮੇਰਾ ਪਿੰਡ ਹੈ, ਮੈਂ ਕੋਈ ਸਰਪੰਚ ਨਹੀਂ, ਸਰਪੰਚ ਪਿੰਡ ਹੈ। ਕਿਸ ਤਰ੍ਹਾਂ ਦੇਖਦੇ ਹੋ ਤੁਹਾਡਾ ਬੇਟੇ ਨਾਲ ਗੱਲ ਹੋਈ, ਉਹਨਾਂ ਨੇ ਕੀ ਕਿਹਾ ਫਿਰ ਜਾਂ ਤੁਸੀਂ ਦੱਸਿਆ ਉਹਨਾਂ ਨੂੰ ਵੀ ਪਿੰਡ ਦੇ ਸਾਰੇ ਸਰਪੰਚ ਮੈਨੂੰ ਚੁਣਨਾ ਚਾਹੁੰਦੇ? ਬੇਟੇ ਨੇ ਵੀ ਪਿੰਡ ਦਾ ਧੰਨਵਾਦ ਹੀ ਕੀਤਾ ਵੀ ਜੋ ਪਿੰਡ ਨੇ ਸੇਵਾ ਦਿੱਤੀ ਹੈ, ਪਿੰਡ ਨੂੰ ਨਿਭਾਵਾਂਗੇ, ਪਿੰਡ ਨੂੰ ਨਾਲ ਲੈ ਕੇ। ਜੋ ਸਰਕਾਰ ਵੱਲੋਂ ਜਿਸ ਤਰ੍ਹਾਂ ਦੇ ਵੀ ਕੋਈ ਗਰਾਂਡਾਂ ਮੈਂ ਗਰਾਉਣਗੀਆਂ, ਉਹ ਪਿੰਡ ਜਿਵੇਂ ਜਿਵੇਂ ਲੱਗਣਗੀਆਂ ਲਾਵਾਂਗੇ। ਜੇ ਕੋਈ ਵੱਧ ਘੱਟ ਹੋਏਗੀ ਤਾਂ ਆਪਦੇ ਕੋਲੋਂ ਪੂਰੀਆਂ ਕਰਾਂਗੇ। ਮੈਂ ਤਾਂ ਕਹਿੰਦਾ ਹਰ ਪਿੰਡ ਦੇ ਵਿੱਚ ਹੋਣੀ ਚਾਹੀਦੀ ਹੈ। ਜਿਹੜਾ ਇਤਫਾਕ ਏਕੇ ਦੇ ਵਿੱਚ ਜੋ ਪਿਆਰ ਹੈ ਉਹ ਕਿਤੇ ਨਹੀਂ ਮਿਲਦਾ। ਜੋ ਏਕਾ ਹੋਵੇਗਾ ਉੱਥੇ ਸਭ ਕੁਛ ਹੀ ਹੈ। ਜਿਸ ਪਰਿਵਾਰ ਦੇ ਵਿੱਚ, ਜਿਸ ਪਿੰਡ ਦੇ ਵਿੱਚ, ਜਿਸ ਇਤਫਾਕ ਹੈ ਉੱਥੇ ਸਭ ਕੁਛ ਹੈ। ਜਿੱਥੇ ਵੈਰ ਵਿਰੋਧ ਹੈ ਉੱਥੇ ਕੁਛ ਨਹੀਂ। ਤੁਸੀਂ ਕੀ ਹੋਰ ਵੀ ਪਿੰਡਾਂ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਇਸ ਬਾਰੇ? ਮੈਂ ਸਭ ਪਿੰਡਾਂ ਨੂੰ ਇਹੀ ਕਹਿੰਦਾ ਵੀ ਜਿੱਥੋਂ ਤੱਕ ਵੀ ਹੋ ਸਕੇ ਸੰਮਤੀ ਕਰਕੇ ਇੱਕ ਨੁਮਾਇੰਦਾ ਇਹੋ ਜਿਹਾ ਚੁਣੋ ਜਿਹੜਾ ਕਿ ਪਿੰਡ ਨੂੰ ਅੱਗੇ ਲੱਗ ਕੇ ਬੁਲੰਦੀਆਂ ਤੱਕ ਲਿਜਾ ਸਕੇ। ਕਿੰਨੀ ਵੋਟ ਕਿੰਨੀ ਹੈ ਪਿੰਡ ਦੀ ਟੋਟਲ? ਸਾਡੇ 450 ਵੋਟ ਹੈ। ਕਿਹੜੇ ਕਿਹੜੇ ਕੰਮ ਨੇ ਜਿਹੜੇ ਤੁਸੀਂ ਕਰੋਗੇ? ਪਿੰਡ ਦੇ ਕੰਮ ਤਾਂ ਬਹੁਤ ਸਾਰੇ ਪਏ ਨੇ। ਨਾ ਤਾਂ ਬੱਚਿਆਂ ਦੇ ਖੇਡਣ ਲਈ ਕੋਈ ਇੱਥੇ ਗਰਾਊਂਡ ਹੈ, ਨਾ ਕਿਸੇ ਬੀਬੀਆਂ ਦੇ ਜਾਂ ਬੱਚਿਆਂ ਦੇ ਗੇੜਾ ਦੇਣ ਵਾਸਤੇ ਕੋਈ ਪਾਰਕ ਹੈ। ਅਜੇ ਕੰਮ ਬਹੁਤ ਪਏ ਨੇ ਕਰਨ ਵਾਲੇ, ਜਿਹੜੇ ਕਿ ਜੋ ਸਰਕਾਰ ਕੁਛ ਨਾ ਕੁਛ ਦੇਵੇਗੀ ਤਾਂ ਕਰਾਂਗੇ। ਸਭ ਤੋਂ ਵੱਡਾ ਸਹਿਯੋਗ ਪਿੰਡ 'ਚ ਕਿਹਨਾਂ ਦਾ ਰਿਹਾ ਤੁਹਾਨੂੰ? ਸਾਰੇ ਪਿੰਡ ਦਾ ਸਹਿਯੋਗ ਹੈ। ਮੈਂ ਇੱਕ ਬੰਦੇ ਦਾ ਨਹੀਂ ਕਹਿ ਸਕਦਾ, ਇੱਕ ਬੰਦੇ ਨਾਲ ਕਦੇ ਸੰਮਤੀ ਨਹੀਂ ਹੁੰਦੀ। ਇੱਕ ਬੰਦਾ ਕਿਸੇ ਨੂੰ ਕੋਈ ਚੁਣਨ ਵਾਲਾ ਨਹੀਂ ਹੁੰਦਾ। ਸਾਰਾ ਪਿੰਡ ਇਕੱਠਾ ਹੋਵੇ ਤਾਂ ਇੱਕ ਬੰਦੇ ਦੇ ਸਿਰ 'ਤੇ ਸਿਹਰਾ ਵੱਜਦਾ, ਇੱਕ ਬੰਦਾ ਨਹੀਂ ਬਣ ਸਕਦਾ। ਤੁਹਾਨੂੰ ਵੀ ਪ੍ਰਾਊਡ ਫੀਲ ਆ ਕਿਉਂ ਮਸ਼ਹੂਰ ਪਿੰਡ ਆ ਐਮੀ ਵਿਰਕ ਦੇ ਨਾਂ 'ਤੇ, ਜਿਹੜਾ ਹੈਗਾ ਇਹ ਪੂਰਾ ਪੰਜਾਬ ਵਿੱਚ ਵੀ ਜਿਹੜਾ ਹੈਗਾ ਇਹਦਾ ਨਾਮ ਰੋਸ਼ਨ ਹੋਏਗਾ ਸਰਬਸੰਮਤੀ ਨਾਲ? ਨਹੀਂ, ਪ੍ਰਾਊਡ ਫੀਲ ਤਾਂ ਵੇਖੋ ਜਦੋਂ ਇੱਕ ਪਿੰਡ ਦਾ ਨਾਂ ਪੰਜਾਬ 'ਚ ਨਹੀਂ, ਸਾਰੇ ਨਾਭੇ ਬਲਾਕ 'ਚ ਨਹੀਂ, ਇਕੱਲੇ ਪੰਜਾਬ 'ਚ ਨਹੀਂ, ਇੰਡੀਆ 'ਚ ਨਹੀਂ, ਵਰਲਡ ਦੇ ਵਿੱਚ ਨਾਮ ਹੈ ਪਿੰਡ ਦਾ। ਬੇਟੇ ਕਰਕੇ ਲਾ ਲਓ ਜਾਂ ਜਿਸ ਤਰ੍ਹਾਂ ਵੀ ਲਾ ਲਓ, ਪੂਰੇ ਵਰਲਡ ਦੇ ਵਿੱਚ ਨਾਮ ਹੈ, ਅੱਜ ਇਕੱਲੇ ਪੰਜਾਬ ਦੇ ਵਿੱਚ ਨਹੀਂ। ਪ੍ਰਾਊਡ ਫੀਲ ਤਾਂ ਹੁੰਦਾ ਹੀ ਹੈ ਜਦੋਂ ਇੱਥੋਂ ਤੱਕ ਰਪੜੇ ਹੋਈਏ। ਪਹਿਲੇ ਨੰਬਰ 'ਤੇ ਤਾਂ ਜੇ ਸਾਰੇ ਪਿੰਡ ਦੇ ਸਹਿਯੋਗ ਨਾਲ ਹੀ ਹੋਇਆ ਜੋ ਕੰਮ ਹੋਇਆ। ਬਾਕੀ ਪ੍ਰਾਊਡ ਸਾਨੂੰ ਸਾਡੇ ਐਮੀ ਵਿਰਕ ਜੀ ਨੇ, ਮੇਰਾ ਭਤੀਜਾ ਹੀ ਹੈ ਬੇਟਿਆਂ ਦੇ ਥਾਂ, ਉਹਨਾਂ ਦੇ ਡੈਡੀ ਜੀ ਨੂੰ ਸਾਰੇ ਪਿੰਡ ਨੇ ਸਨਮਾਨਿਤ ਕੀਤਾ ਹੈ। ਬਾਕੀ 9 ਉਹਨਾਂ ਦਾ ਰੋਸ਼ਨ ਹੈ, ਪਹਿਲਾਂ ਵੀ ਐਮੀ ਵਿਰਕ ਦਾ, ਅਤੇ ਹੁਣ ਵੀ ਇਹ ਪਿੰਡ ਵੱਲੋਂ ਕਰਨਗੇ। ਇਹਨਾਂ ਨੂੰ ਤਾਂ ਹੀ ਇਸੇ ਕਰਕੇ ਸਰਬਸੰਮਤੀ ਇਹਨਾਂ 'ਤੇ ਕੀਤੀ ਹੈ ਕਿ ਵਧੀਆ ਮਤਲਬ ਕੰਮ ਕਾਰ ਕਰਨਗੇ, ਮੂਹਰੇ ਹੋ ਕੇ ਜੋ ਵੀ ਕਰਨ ਵਾਲਾ ਕਰਾਉਣ ਵਾਲਾ। ਇਹ ਖੁਦ ਆਪ ਵੀ ਅੱਗੇ ਵੀ ਪਹਿਲਾਂ ਕੰਮ ਕਰਾਉਂਦੇ ਨੇ ਨਾ, ਹੁਣ ਵੀ ਇਸੇ ਕਰਕੇ ਇਹਨਾਂ ਨੂੰ ਸੰਮਤੀ ਨਾਲ ਜ਼ਰੂਰਤ ਹੈ ਵੀ ਜੋ ਕੰਮ ਕਾਰ ਕਰਨਗੇ ਆਪਦੀ ਮਰਜ਼ੀ ਨਾਲ, ਮਤਲਬ ਪਿੰਡਿਆਂ ਨੂੰ ਨਾਲ ਲੈ ਕੇ ਸਾਰਿਆਂ ਦੇ ਸਹਿਯੋਗ ਨਾਲ ਕਰਨਗੇ ਜੋ ਵੀ ਕੰਮ ਹੋਣਗੇ, ਜਿਵੇਂ ਪਾਰਕ ਬਣਨ ਵਾਲਾ ਸਾਡੇ ਪਿੰਡ, ਗਰਾਊਂਡ ਬਣਨ ਵਾਲਾ ਸਾਡੇ ਪਿੰਡ, ਐਮੀ ਜਿੰਮ ਬੱਚਿਆਂ ਵਾਸਤੇ ਜਿੰਮ, ਐਮੀ ਨੇ ਖੁਦ ਪਹਿਲਾਂ ਵੀ ਕਿਹਾ ਸੀ ਵੀ ਮੈਨੂੰ ਚਾਚਾ ਜੀ ਜਿੰਮ ਵਾਸਤੇ ਜਗ੍ਹਾ ਲੈ ਦਿਓ ਵੀ ਜਿੰਮ ਦਾ ਸਮਾਨ ਰੱਖ ਕੇ ਦਊਂਗਾ ਮੈਂ ਤੁਹਾਨੂੰ ਜਿੰਮ ਬੱਚਿਆਂ ਵਾਸਤੇ ਜਿੰਮ। ਅਸੀਂ ਹੁਣ ਮੈਂ ਐਮੀ ਵਿਰਕ ਨੂੰ ਕਹਾਂਗਾ ਵੀ ਬੇਟਾ ਹੁਣ ਵੀ ਤੇਰੇ ਡੈਡੀ ਨੂੰ ਸਰਪੰਚ ਬਣਾਤਾ ਵੀ ਮੈਨੂੰ ਜਿੰਮ ਦਾ ਸਮਾਨ ਲੈ ਕੇ ਦੇ, ਅਤੇ ਜਿੰਮ ਦਾ ਸਮਾਨ ਵੀ ਰਖਵਾਵਾਂਗੇ ਉੱਥੋਂ। ਹਾਂ, ਬਾਕੀ ਜਿਵੇਂ ਵੀ ਹੋਊਗਾ ਸਾਰੇ ਕੰਮ ਪਿੰਡ ਦੇ ਵਧੀਆ ਕਰਵਾਵਾਂਗੇ ਜੀ, ਸਾਰੇ ਪੰਚਾਇਤ ਰਲ ਕੇ।
ਜਿਵੇਂ ਪਿੰਡ 'ਚ ਜਿਹੜੇ ਹੈਗੇ ਪਾਰਟੀ ਦੇ ਤਾਂ ਸਾਰੇ ਦੇ ਨੁਮਾਇੰਦੇ ਨੇ, ਜਿਵੇਂ ਕਾਂਗਰਸ ਹੋ ਗਿਆ, ਅਕਾਲੀ ਹੋ ਗਿਆ, ਆਪ ਹੋਇਆ, ਫਿਰ ਵੀ ਸਰਬਸੰਮਤੀ ਹੋਈ ਹੈ, ਬਹੁਤ ਵੱਡੀ ਗੱਲ ਆ। ਹਾਂਜੀ ਹਾਂਜੀ, ਕਿਸੇ ਨੇ ਕੋਈ ਇਤਰਾਜ਼ ਨਹੀਂ ਜੀ ਕੀਤਾ ਹੈਗਾ, ਸਾਰੇ ਪਾਰਟੀਆਂ ਇਕੱਠੀਆਂ ਨੇ ਜੀ, ਕੋਈ ਨਹੀਂ ਜੀ, ਸਾਡੇ ਪਿੰਡ 'ਚ ਪਾਰਟੀ ਬਾਜੀ ਨਹੀਂ, ਮਤਲਬ ਇੱਕ ਪਰਿਵਾਰ ਦੇ ਤੌਰ 'ਤੇ ਚੱਲਦੇ ਨੇ ਜੀ ਸਾਰਾ। ਕੀ ਲੱਗਦਾ ਜੇ ਸਾਰੀ ਇਸ ਤਰ੍ਹਾਂ ਤੁਹਾਡੇ ਪਿੰਡ ਵਾਂਗੂ ਸੋਚਣ ਤਾਂ ਫਿਰ ਲੜਾਈਆਂ ਤਾਂ ਹੋਣਗੀਆਂ ਨਹੀਂ ਅਤੇ ਪਿਆਰ ਵੀ ਵਧੇਗਾ? ਹਾਂ ਜੀ, ਮੈਂ ਤਾਂ ਸਾਰੇ ਪਿੰਡਾਂ ਨੂੰ ਬੇਨਤੀ ਕਰਦਾ ਵੀ ਸਾਰੇ ਸਰਬਸੰਮਤੀ ਨਾਲ ਚੁਣੋ, ਕੋਈ ਲੜਾਈ ਨਾ ਹੋਵੇ, ਕੋਈ ਝਗੜਾ ਨਾ ਹੋਵੇ, ਐਵੇਂ ਵੱਢ ਟੁੱਕ ਕਰਕੇ ਕੋਈ ਜੇਲ੍ਹ 'ਚ ਚਲੇ ਜਾਂਦਾ, ਕੋਈ ਕਿਤੇ ਤੁਰ ਜਾਂਦਾ ਹੈ, ਅਤੇ ਕੋਈ ਨਸ਼ੇ ਕਰਦੇ ਨੇ, ਕੋਈ ਸ਼ਰਾਬਾਂ ਪਿਆਉਂਦੇ ਨੇ, ਜੋ ਫਿਰ ਗਲਤੀ ਹੈ ਜੀ, ਫਿਰ ਨਸ਼ਾ ਵੱਧਦਾ ਜੀ ਇਸ ਕਾਰਨ। ਜੇ ਸਰਬਸੰਮਤੀ ਹੋ ਜੇ ਬਹੁਤ ਵਧੀਆ ਗੱਲ ਹੈ, ਸਾਰੇ ਪਿੰਡ ਵਾਲੇ ਬੇਨਤੀ ਹੈ ਵੀ ਸਰਬਸੰਮਤੀ ਕਰੋ। ਧੰਨਵਾਦ ਜੀ। ਹਾਂਜੀ, ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਵੇਖੋ, ਇਹ ਅਸੀਂ ਬਹੁਤ ਹੀ ਵਧੀਆ ਮਹਿਸੂਸ ਕਰਦੇ ਹਾਂ। ਵੇਖੋ, ਸਾਡੇ ਪਿੰਡ ਦੇ ਵਿੱਚ ਪਹਿਲਾਂ ਵੀ ਸਰਪੰਚ ਜੋ ਬਣਦੇ ਨੇ, ਕਿਸੇ ਵੀ ਤਰ੍ਹਾਂ ਦਾ ਕੋਈ ਲੜਾਈ ਕਲੇਸ਼ ਕਿਸੇ ਵੀ ਤਰ੍ਹਾਂ, ਅਸੀਂ ਸਾਡੀ ਉਹ ਵੀ ਸਹਿਮਤੀ ਵਾਲੇ ਕੰਮ ਹੁੰਦਾ ਅਤੇ ਬਾਕੀ ਰਹੇ ਹੁਣ ਸਹਿਮਤੀ ਜਿਹੜੀ ਸਾਡੇ ਵੀਰ ਗੁਰਚਰਨ ਸਿੰਘ ਜੀ, ਇਹਨਾਂ ਦਾ ਬਹੁਤ ਹੱਥ ਹੈ ਵਿੱਚ, ਇਹਨਾਂ ਨੇ ਅੱਗੇ ਹੋ ਕੇ ਸਾਰੇ ਨੂੰ ਪ੍ਰੇਰਿਆ। ਅਤੇ ਬਾਕੀ ਐਵੇਂ ਵੀ ਜੇ ਵੇਖੋ, ਆਪਾਂ ਸਰਕਾਰਾਂ ਨੂੰ ਦੋਸ਼ ਦਿੰਦੇ ਹਾਂ, ਪਹਿਲਾਂ ਆਪਣੇ ਘਰ ਤੋਂ ਸੁਧਾਰ ਕਰਨਾ ਜ਼ਰੂਰੀ ਹੈ ਅਤੇ ਅਸੀਂ ਮਹਿਸੂਸ ਕਰਦੇ ਹਾਂ, ਇਸ ਗੱਲ ਨੂੰ ਪ੍ਰਾਊਡ ਫੀਲ ਕਰਦੇ ਹਾਂ ਵੀ ਸਾਡੇ ਪਿੰਡ ਦਾ ਸਰਪੰਚ ਜੋ ਬਣੇ ਨੇ, ਸਾਡੇ ਚਾਚਾ ਜੀ ਨੇ ਖੁਦ, ਅਤੇ ਜੋ ਐਮੀ ਵਿਰਕ ਜੀ ਨੇ ਉਹ ਸਾਡੇ ਮਾਪ ਦੇ, ਮੇਰਾ ਦਿਓਰੀ ਹੈ, ਮੈਂ ਮਾਸੀ ਵੀ ਲੱਗਦੀ ਹਾਂ ਅਤੇ ਭਰਜਾਈ ਵੀ ਲੱਗਦੀ ਹਾਂ, ਅਤੇ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹਾਂ ਇਸ ਗੱਲ 'ਤੇ। ਕਿੰਨੇ ਟਾਈਮ ਤੋਂ ਸਰਬਸੰਮਤੀ ਹੋ ਰਹੀ ਹੈ ਜਿਵੇਂ ਪਿੰਡ 'ਚ ਤੁਸੀਂ ਕਹਿ ਰਹੇ ਵੀ ਚੋਣੇ? ਇਹ ਜੀ ਪਹਿਲੀ ਵਾਰ ਹੋਈ ਹੈ। ਹਾਂਜੀ, ਪਹਿਲੀ ਵਾਰ ਹੋਈ ਹੈ ਅਤੇ ਬਾਕੀ ਪਹਿਲਾਂ ਵੀ ਜੋ ਸਾਡੇ ਇੱਥੇ ਸਰਪੰਚ ਬਣਦੇ ਨੇ ਵੀ ਸਾਡੇ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦਾ ਵੈਰ ਵਿਰੋਧ ਕਿਸੇ ਵੀ ਤਰ੍ਹਾਂ ਦਾ ਨਹੀਂ, ਸਭ ਮਿਲ ਕੇ ਚੱਲਦੇ ਨੇ। ਮਨ ਦੇ ਵਿੱਚ ਕਿਵੇਂ ਆਇਆ ਕਿ ਸਰਬਸੰਮਤੀ ਨਾਲ ਚੁਣਿਆ ਜਾਣਾ ਚਾਹੀਦਾ? ਇਹ ਵੇਖੋ ਜੀ, ਨਗਰ ਦਾ ਹੀ ਫੈਸਲਾ ਸੀ ਅਤੇ ਉਹਨਾਂ ਨੇ ਮਾਣ ਬਖਸ਼ਿਆ, ਜੋ ਨਗਰ ਨਹੀਂ ਬਖਸ਼ਿਆ, ਇਕੱਲਾ ਤਾਂ ਕੋਈ ਵੀ ਸਮਰੱਥ ਨਹੀਂ ਹੁੰਦਾ ਅਤੇ ਨਗਰ ਦੇ ਨਾਲ ਹੀ ਅਸੀਂ ਵੱਡੇ ਹੋਏ ਹਾਂ ਅਤੇ ਸਾਡੇ ਚਾਚਾ ਜੀ ਜਿਹੜੇ ਨੇ ਅੱਗੇ ਆਏ ਨੇ ਅਤੇ ਇਹ ਵੇਖੋ ਅੱਜ ਸਰਪੰਚ ਬਣ ਕੇ ਨਹੀਂ, ਇਹ ਪਹਿਲਾਂ ਤੋਂ ਵੀ ਇਹਨਾਂ ਦਾ ਇਹ ਧਰਮ ਹੈ ਵੀ ਜੋ ਵੀ ਇਹ ਕੰਮ ਨਗਰ ਦੇ ਵਿੱਚ ਕਰਦੇ ਨੇ ਵੀ ਅੱਗੇ ਹੋ ਕੇ ਕਰਦੇ ਨੇ, ਸਭ ਤੋਂ ਪਹਿਲੇ ਇਹਨਾਂ ਦੀ ਹੁੰਦੀ ਹੈ ਅਤੇ ਹੁਣ ਤਾਂ ਸਰਪੰਚ ਨੇ, ਹੁਣ ਤਾਂ ਵੇਖੋ ਕਰਨਗੇ ਕਰਨਗੇ। ਬਤੌਰ ਐਮੀ ਵਿਰਕ ਦੇ ਫੈਮਿਲੀ ਮੈਂਬਰ ਤੁਸੀਂ ਕਿੰਨਾ ਕੁ ਕਹੋ? ਅਸੀਂ ਤਾਂ ਜੀ ਵੇਖੋ, ਸਾਡੇ ਘਰ ਦੇ ਵਿੱਚ ਇੱਕ ਚਿਰਾਗ ਜਿਹੜਾ ਵੀ ਉਹਨੇ ਇਹਦੇ ਆਰ ਵਰਡ ਦੇ ਵਿੱਚ ਹੀ ਉਹਨਾਂ ਨੇ ਇੱਕ ਨਾਂ ਰੋਸ਼ਨ ਕੀਤਾ ਅਤੇ ਉਹਦੇ ਵਿੱਚ ਸਾਨੂੰ ਪਰਿਵਾਰ ਨੂੰ ਤਾਂ ਨਗਰ ਨੂੰ ਮਹਿਸੂਸ ਕਰਦਾ, ਇਸ ਗੱਲ 'ਤੇ ਮਾਣ ਕਰਦਾ ਹੈ ਅਤੇ ਅਸੀਂ ਤਾਂ ਉਹਨਾਂ ਦੇ ਘਰ ਦੇ ਮੈਂਬਰ ਹਾਂ। ਕਿਵੇਂ ਮਨ 'ਚ ਆਇਆ ਜਿਹੜਾ ਹੈਗਾ, ਜ਼ਿਆਦਾਤਰ ਪਿੰਡਾਂ 'ਚ ਲੜਾਈਆਂ ਹੋ ਰਹੀਆਂ ਨੇ, ਪਰਚੇ ਦਰਜ ਹੋ ਰਹੇ, ਤੁਹਾਡੇ ਮਨ 'ਚ ਕਿਵੇਂ ਆਇਆ ਵੀ ਸਰਪੰਚ? ਦੇਖੋ ਜੀ, ਜਿਹੜੀਆਂ ਲੜਾਈ ਝਗੜੇ ਹੋ ਰਹੇ ਨੇ ਇਹਦੀ ਵੀ ਅਸੀਂ ਮਤਲਬ ਕਿ ਸਖ਼ਤ ਨਿੰਦਾ ਕਰਦੇ ਹਾਂ, ਉਹ ਚੀਜ਼ਾਂ ਠੀਕ ਨਹੀਂ ਹੈ, ਪਰ ਸਾਡੇ ਨਗਰ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਔਰ ਬਹੁਤ ਹੀ ਸ਼ਲਾਘਾਯੋਗ ਕਦਮ ਚੱਕਿਆ ਜਿਹੜਾ ਕਿ ਸੰਮਤੀ ਨਾਲ ਪਿੰਡ ਦੇ ਵਿੱਚ ਪੰਚਾਇਤ ਚੁਣੀ ਗਈ ਔਰ ਮੈਂ ਬਹੁਤ ਨਗਰ ਦਾ ਧੰਨਵਾਦ ਕਰਦਾ ਇਸ ਚੀਜ਼ ਦੇ ਉੱਤੇ ਕਿ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਅਸੀਂ ਇਹ ਵੀ ਕਹਾਂਗੇ ਕਿ ਹਰ ਨਗਰ ਨੂੰ ਮਤਲਬ ਇਸ ਕਦਮ ਦੇ ਉੱਤੇ ਉੱਠਣਾ ਚਾਹੀਦਾ ਔਰ ਇਹ ਵਧੀਆ ਕਦਮ ਲੈਣੇ ਚਾਹੀਦੇ ਨੇ। ਐਮੀ ਵਿਰਕ ਦਾ ਪਿੰਡ ਆ, ਕਿੰਨਾ ਕੁ ਪ੍ਰਾਊਡ ਫੀਲ ਹੁੰਦਾ ਇਸ ਚੀਜ਼ ਨੂੰ? ਦੇਖੋ ਜੀ, ਜਦੋਂ ਅਸੀਂ ਤਕਰੀਬਨ ਬਾਹਰ ਕਿਤੇ ਵੀ ਜਾਂਦੇ ਹਾਂ, ਕਿਸੇ ਨੂੰ ਅਸੀਂ ਆਪਣਾ ਕੋਈ ਮੀਟਿੰਗ ਹੁੰਦੀ ਹੈ ਜਾਂ ਕਿਤੇ ਕੁਛ ਵੀ ਹੁੰਦਾ ਹੈ ਤਾਂ ਜਦੋਂ ਅਸੀਂ ਆਪਣੇ ਪਿੰਡ ਦਾ ਨਾਂ ਲੈਂਦੇ ਹਾਂ, ਸਾਨੂੰ ਹਰੇਕ ਉੱਥੇ ਐਂ ਕਹਿੰਦਾ ਜੀ ਐਮੀ ਵਿਰਕ ਦਾ ਪਿੰਡ ਆ, ਸਾਨੂੰ ਬਹੁਤ ਪ੍ਰਾਊਡ ਹੁੰਦਾ ਔਰ ਅਸੀਂ ਉੱਥੇ ਬਹੁਤ ਮਤਲਬ ਸਹੀ ਆਪਣੇ ਸਹੀ ਢੰਗ ਨਾਲ ਕਰਦੇ ਹਾਂ ਕਿ ਹਾਂ ਜੀ ਸਾਡੇ ਪਿੰਡ ਦੇ ਨੇ, ਸਾਨੂੰ ਪ੍ਰਾਊਡ ਹੈ, ਸਟਾਰ ਨੇ ਇੱਕ ਬਹੁਤ ਵਧੀਆ। ਔਰ ਅੱਜ ਹੋਰ ਪ੍ਰਾਊਡ ਫੀਲ ਆ ਜੋ ਸਰਬਸੰਮਤੀ ਹੋਈ ਆ? ਹਾਂਜੀ ਸਰ, ਅਸੀਂ ਇਸ ਚੀਜ਼ ਦੇ ਉੱਤੇ ਵੀ ਬਹੁਤ ਪ੍ਰਾਊਡ ਫੀਲ ਕਰਦੇ ਹਾਂ ਕਿ ਸਾਡੇ ਨਗਰ ਦਾ ਹੋਰ ਵੀ ਨਾਂ ਹੋਣਾ ਔਰ
ਇਹਦੇ ਨਾਲ ਸਾਡੇ ਐਮ ਏ ਵੀਰ ਕਬੀਰ ਜੀ ਨੂੰ ਵੀ ਕਾਫੀ ਜਿਹੜਾ ਉਹਨੂੰ ਵੀ ਮਾਣ ਮਿਲਣਾ। ਹੋਰ ਮੈਂ ਬਹੁਤ ਧੰਨਵਾਦ ਕਰਦਾ ਸਾਰੇ ਪਿੰਡ ਦਾ ਜਿਨ੍ਹਾਂ ਨੇ ਸਾਨੂੰ ਇਹ ਮਾਣ ਬਖਸ਼ਿਆ। ਠੀਕ ਹੈ ਜੀ, ਥੋੜ੍ਹੀ ਆਵਾਜ਼ ਨੂੰ। ਅਤੇ ਹੋਰ ਜਿਹੜੇ ਹੈਗੇ ਨੇ ਪਹਿਲ ਦੇ ਆਧਾਰ 'ਤੇ ਕਿਹੜੇ ਕੰਮ ਨੇ ਤੁਸੀਂ ਲੈ ਕੇ ਚੱਲੋਗੇ ਕਿ ਤੁਸੀਂ ਵੀ ਨੌਜਵਾਨ? ਦੇਖੋ ਜੀ, ਪਹਿਲ ਦੇ ਆਧਾਰ 'ਤੇ ਤਾਂ ਹੀ ਪਹਿਲਾਂ ਤਾਂ ਜੋ ਪਿੰਡ 'ਚ ਜੋ ਨਹੀਂ ਹੋਇਆ ਆਪਾਂ ਉਹੀ ਕਰਾਂਗੇ। ਜਿਵੇਂ ਪਿੰਡ ਦੀ ਫਿਰਨੀ ਜਿਹੜੀ ਹੈ ਉਹ ਕੱਚੀ ਹੈ, ਜਿਵੇਂ ਸੜਕਾਂ ਦੇ ਆਲੇ ਦੁਆਲੇ ਮਤਲਬ ਮੀਂਹ ਪੈਂਦਾ ਤਾਂ ਐਡਾ ਵਧੀਆ ਉਹ ਹੈ ਨਹੀਂ ਕਿ ਉੱਥੋਂ ਕੋਈ ਸਾਧਨ ਚੰਗੀ ਤਰ੍ਹਾਂ ਲੰਘ ਸਕੇ। ਉਹ ਫਿਰਨੀ ਪੱਕੀ ਹੋਣੀ ਚਾਹੀਦੀ ਹੈ, ਬਾਕੀ ਗਰਾਊਂਡ ਦਾ ਕੰਮ ਹੋਣਾ ਚਾਹੀਦਾ। ਉਹ ਤਾਇਆ ਜੀ ਨੇ ਪਹਿਲਾਂ ਦੱਸਿਆ ਹੀ ਹੈ ਤੁਹਾਨੂੰ ਸਾਰੇ ਕੰਮ ਹੋਣੇ। ਬਾਕੀ ਉਹ ਵੀ ਜੇ ਕੋਈ ਪਹਿਲਾਂ ਵੀ ਕੁਛ ਨਹੀਂ ਸੀ ਮਤਲਬ ਕਿ ਗ੍ਰਾਂਟ ਵਗੈਰਾ ਆਉਂਦੀ ਤਾਂ ਤਾਇਆ ਜੀ ਕੋਲੋਂ, ਜਿਵੇਂ ਇਹਨਾਂ ਨੇ ਸਕੂਲ 'ਚ ਰੰਗ ਰੋਗਨ ਕਰਾਇਆ ਮਤਲਬ ਕਿ ਕੋਲੋਂ ਵੀ ਕਰਾਉਂਦੇ ਰਹਿੰਦੇ ਨੇ ਕੰਮ। ਹੁਣ ਤਾਂ ਖੁਦ ਸਰਪੰਚ ਨੇ ਫਿਰ ਸਾਰਾ ਕੁਛ ਅੱਗੇ ਹੋ ਗਿਆ। ਪਹਿਲੀ ਤੋਂ ਮਤਲਬ ਪਿੰਡ ਦੇ ਸੁਧਾਰ ਲਈ ਜਿਹੜਾ ਹੈਗਾ ਅੱਗੇ ਰਹੇ। ਬਿਲਕੁਲ ਬਿਲਕੁਲ, ਇਸ 'ਚ ਕੋਈ ਦੋ ਰਹਿ ਵਾਲੀ ਗੱਲ ਨਹੀਂ। ਇਹਨਾਂ ਨੇ ਜੋ ਵੀ ਕੀਤਾ ਅੱਗੇ ਹੋ ਕੇ ਕੀਤਾ, ਪਿੰਡ ਦੇ ਭਲੇ ਲਈ ਕੀਤਾ ਸਾਰਾ ਕੁਛ।